ਤਗੜਾ ਵਟਦਾ ਝਗੜਾ ਹੀ ਆਪਣੇ ਚਾਚੇ ਦੇ ਮੁੰਡੇ ਨਾਲ ਹੀ ਝਗੜਾ ਚੱਲ ਰਿਹਾ ਹੈ। ਅੱਛਾ ਜੀ। ਪਹਿਲਾਂ ਰਾਤ ਇਹਨੇ 10 ਬੰਦੇ ਅਣਪਛਾਤੇ ਜਿਹੜੇ ਘਰਾਂ ਵਿੱਚ ਗੱਲ ਪਵਾ ਕਰਦੇ ਆ, ਅੱਜ ਫੇਰ ਉਹ ਦੁਪਹਿਰੇ ਅਸੀਂ ਕੋਈ ਗੱਲਬਾਤ ਨਹੀਂ ਕੀਤੀ, ਦੁਪਹਿਰੇ ਆਣ ਕੇ ਉਹ ਸ਼ਰਿਆਮ ਸੜਕ 'ਤੇ ਗੋਲੀਆਂ ਚਲਾ ਗਿਆ, ਸਾਡੇ ਇੱਕ ਬੰਦੇ 'ਤੇ ਗੋਲੀ ਵੀ ਲੱਗ ਗਈ ਆ। ਇਹੋ ਮੁੜ ਕੇ ਇਹਨਾਂ ਦਿਨਾਂ ਜਿਹਨੇ ਇੱਥੇ ਫੇਰ ਇਹਨਾਂ ਨੇ ਸਾਡੇ 'ਤੇ ਗੋਲੀਆਂ ਚਲਾਈਆਂ ਗਈਆਂ, ਜਿਹਨਾਂ ਦੇ ਵਿੱਚ ਇਹਨਾਂ ਤਿੰਨਾਂ ਦੀ ਪਛਾਣ ਹੈ, ਬਾਕੀ ਅਣਪਛਾਤੇ ਆ। ਕਿੰਨੀਆਂ ਗੋਲੀਆਂ ਚਲੀਆਂ ਜੀ? ਗੋਲੀਆਂ 5 ਰਾਉਂਡ ਕੱਢਿਆ ਇਹਨਾਂ ਨੇ। ਇਹਨਾਂ ਸ਼ਰਿਆਮ ਗੋਲੀਆਂ ਚਲਾਈਆਂ, 5 ਗੋਲੀਆਂ ਚਲਾਏ ਗਈਆਂ। ਮੇਰੇ ਫਾਦਰ ਸਾਹਿਬ ਇੱਥੇ ਬਾਹਰ ਹੀ ਖੜ੍ਹੇ, ਉਹ ਟਰੈਕਟਰ ਦੇ ਉਹਲੇ ਹੋ ਗਏ ਬਚੇ ਆ। ਇੱਕ ਸਾਡਾ ਮਜ਼ਦੂਰ ਇੱਥੇ ਕੰਮ ਕਰਦਾ, ਉਹਦੇ ਗੋਲੀ ਪੱਟ 'ਚ ਲੱਗੀ ਹੈ। ਮੇਰਾ ਇਹਨਾਂ ਦਾ ਵੱਟ ਦਾ ਝਗੜਾ ਸੀ, ਮੈਂ ਦਿਨੇ ਪਾਣੀ ਲਾਉਣ ਗਿਆ ਅਤੇ ਇਹਨਾਂ ਨੇ ਗ੍ਰਿਪ ਫੁੱਟ ਲਿਆਂਦੇ, ਅਤੇ ਮੈਂ ਕਿਹਾ ਚਲੋ ਤੁਹਾਡੀ ਵਾਰੀ, ਤੁਸੀਂ ਪਾਣੀ ਤੁਸੀਂ ਆਪਦੇ ਗ੍ਰਿਪ ਫੁੱਟ ਲੈਣੇ, ਤੁਸੀਂ ਰਾਤ ਨੂੰ ਲਾ ਜਾਓ, ਰਾਤ ਨੂੰ ਮੈਂ ਆਪੇ ਆਪਣੀ ਵਾਰੀ ਲਾ ਲੂੰਗਾ। ਇਹਨਾਂ ਨੇ ਗ੍ਰਿਪ ਲਾਤੇ ਆ, ਰਾਤ ਨੂੰ ਮੁੰਡੇ ਲਿਆ ਕੇ ਮੇਰੇ ਗਲ ਪਵਾਤੇ ਆ। ਸਾਡੇ ਨਾਲ ਸਿੱਧੀਆਂ ਘਰੇ ਆ ਕੇ ਗੋਲੀਆਂ ਜੀ, ਆਪ ਅਸੀਂ ਭੱਜ ਭੱਜ ਕੇ ਘਰਾਂ 'ਚ ਜਾ ਕੇ ਲੁੱਕੇ, ਫਿਰ ਟਾਈਮ ਕੱਢਿਆ ਜੀ। ਟਾਈਲਾਂ ਲਾਉਂਦੇ ਮਿਸਤਰੀ ਆ। ਅੱਛਾ ਜੀ। ਹਾਂਜੀ, ਪਤਾ ਲੱਗਾ ਗੋਲੀ ਵੱਜ ਗਈ, ਮਤਲਬ ਗੋਲੀ ਲੱਗੀ ਤੁਹਾਡੇ। ਹਾਂਜੀ। ਅਤੇ ਪਤਾ ਨਹੀਂ ਲੱਗਾ ਕਦੋਂ ਗੋਲੀ, ਕਿੰਨੇ ਚਲਾਈ? ਨਹੀਂ ਪਤਾ ਨਹੀਂ। ਫਾਇਰਿੰਗ ਜੀ, ਆਪਣੇ ਸਿੰਘਾ ਰੋਡ ਨਿਕਲਦਾ ਆਪਣੇ ਬੈਗ ਦੇ ਲਾਗੋਂ ਦੀ ਘਰ, ਆਪਣਾ ਬੈਕਾਂ 'ਚ ਖੇਤਾਂ 'ਚ ਘਰ, ਅਤੇ ਉਹਨਾਂ ਰੋਡ 'ਤੇ ਖੜੋ ਕੇ ਅਤੇ 5-6 ਜਣੇ ਅਸੀਂ ਉਹ ਗੱਡੀ ਸਵਿਫਟ ਗੱਡੀ 'ਚ ਆਏ ਜੀ, ਉਹਨਾਂ ਫਾਇਰਿੰਗ ਕੀਤੀ। ਝਗੜਾ ਚੱਲਦਾ ਜਿਹੜਾ, ਝਗੜਾ ਕਿਸ ਚੀਜ਼ ਦਾ? ਝਗੜਾ ਵੱਟਦਾ ਝਗੜਾ ਹੀ ਆਪਣੇ ਚਾਚੇ ਦੇ ਮੁੰਡੇ ਨਾਲ ਹੀ ਝਗੜਾ ਚੱਲ ਰਿਹਾ ਸੀ। ਅੱਛਾ ਜੀ। ਪਹਿਲਾਂ ਰਾਤ ਇਹਨੇ 10 ਬੰਦੇ ਅਣਪਛਾਤੇ ਜਿਹੜੇ ਘਰਾਂ ਵਿੱਚ ਗੱਲ ਪਵਾ ਕਰਦੇ ਆ, ਅੱਜ ਫੇਰ ਉਹ ਦੁਪਹਿਰੇ ਅਸੀਂ ਕੋਈ ਗੱਲਬਾਤ ਨਹੀਂ ਕੀਤੀ, ਦੁਪਹਿਰੇ ਆਣ ਕੇ ਉਹ ਸ਼ਰਿਆਮ ਸੜਕ 'ਤੇ ਗੋਲੀਆਂ ਚਲਾ ਗਿਆ, ਸਾਡੇ ਇੱਕ ਬੰਦੇ 'ਤੇ ਗੋਲੀ ਵੀ ਲੱਗ ਗਈ ਆ। ਕੌਣ ਚਲਾ ਗਿਆ ਗੋਲੀ? ਗੋਲੀਆਂ ਚਲਾ ਗਿਆ ਆਪਣਾ ਸਤਨਾਮ ਸਿੰਘ ਦਾ ਲੜਕਾ ਗੁਰਲਾਲ ਸਿੰਘ, ਇੱਕ ਅੰਮ੍ਰਿਤਵੀਰ ਸਿੰਘ ਸਾਨੂੰ ਮਲਕੀਤ ਸਿੰਘ, ਇੱਕ ਨਿਸ਼ਾਨ ਸਿੰਘ ਸਾਨੂੰ ਸਵਰਨ ਸਿੰਘ। ਇਹਨਾਂ ਸ਼ਰਿਆਮ ਗੋਲੀਆਂ ਚਲਾਈਆਂ, 5 ਗੋਲੀਆਂ ਚਲਾਏ ਗਈਆਂ। ਮੇਰੇ ਫਾਦਰ ਸਾਹਿਬ ਇੱਥੇ ਬਾਹਰ ਹੀ ਖੜ੍ਹੇ, ਉਹ ਟਰੈਕਟਰ ਦੇ ਉਹਲੇ ਹੋ ਗਏ ਬਚੇ ਆ। ਇੱਕ ਸਾਡਾ ਮਜ਼ਦੂਰ ਇੱਥੇ ਕੰਮ ਕਰਦਾ, ਉਹਦੇ ਗੋਲੀ ਪੱਟ 'ਚ ਲੱਗੀ ਹੈ ਜੀ। ਤੁਸੀਂ ਕੀ ਮੰਗ ਕਰਦੇ? ਅਸੀਂ ਮੰਗ ਪ੍ਰਸ਼ਾਸਨ ਤੋਂ ਕਰਦੇ ਹਾਂ ਕਿ ਸਾਡੀ ਮਤਲਬ ਕਾਰਵਾਈ ਜਲਦ ਤੋਂ ਜਲਦ ਹੋਣੀ ਚਾਹੀਦੀ, ਪੂਰੀ ਕਾਰਵਾਈ ਹੋਣੀ ਚਾਹੀਦੀ ਆ। ਸਾਡੇ ਨਾਲ ਸਿੱਧੀਆਂ ਘਰੇ ਆ ਕੇ ਗੋਲੀਆਂ ਜੀ, ਆਪ ਅਸੀਂ ਭੱਜ ਭੱਜ ਕੇ ਘਰਾਂ 'ਚ ਜਾ ਕੇ ਲੁੱਕੇ, ਫਿਰ ਟਾਈਮ ਕੱਢਿਆ ਜੀ। ਮੈਂ ਸਾਨੂੰ ਕੁਲਜੀਤ ਸਿੰਘ, ਪਿੰਡ ਬੈਂਕਾ ਦਾ ਵਾਸੀ ਹਾਂ, ਅਤੇ ਮੇਰਾ ਇਹਨਾਂ ਦਾ ਵੱਟ ਦਾ ਝਗੜਾ ਸੀ, ਮੈਂ ਦਿਨੇ ਪਾਣੀ ਲਾਉਣ ਗਿਆ ਅਤੇ ਇਹਨਾਂ ਨੇ ਗ੍ਰਿਪ ਫੁੱਟ ਲਿਆਂਦੇ, ਅਤੇ ਮੈਂ ਕਿਹਾ ਚਲੋ ਤੁਹਾਡੀ ਵਾਰੀ, ਤੁਸੀਂ ਆਪਦੇ ਗ੍ਰਿਪ ਫੁੱਟ ਲੈਣੇ, ਤੁਸੀਂ ਰਾਤ ਨੂੰ ਲਾ ਜਾਓ, ਰਾਤ ਨੂੰ ਮੈਂ ਆਪੇ ਆਪਣੀ ਵਾਰੀ ਲਾ ਲੂੰਗਾ। ਇਹਨਾਂ ਨੇ ਗ੍ਰਿਪ ਲਾਤੇ ਆ, ਰਾਤ ਉਹਨਾਂ ਮੁੰਡੇ ਲਿਆ ਕੇ ਮੇਰੇ ਗਲ ਪਵਾ ਤੇ ਆ, ਜਿਨ੍ਹਾਂ ਦੇ ਵਿੱਚ ਗੁਰਲਾਲ ਸਿੰਘ, ਸਾਨਵ ਸਤਨਾਮ ਸਿੰਘ, ਅਤੇ ਅੰਮ੍ਰਿਤਵੀਰ ਸਿੰਘ ਸਾਨਵ ਮਲਕੀਤ ਸਿੰਘ, ਅਤੇ ਨਿਸ਼ਾਨ ਸਿੰਘ ਸਾਨਵ ਸਵਰਨ ਸਿੰਘ ਆ। ਇਹ ਤਿੰਨਾਂ ਬੰਦਿਆਂ ਦੀ ਰਾਤ ਪਛਾਣ ਕੀਤੀ ਗਈ ਆ। ਇਹੋ ਮੁੜ ਕੇ ਇਹਨਾਂ ਦਿਨਾਂ ਜਿਹਨੇ ਇੱਥੇ ਫਿਰ ਇਹਨਾਂ ਨੇ ਸਾਡੇ 'ਤੇ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਦੇ ਵਿੱਚ ਇਹਨਾਂ ਤਿੰਨਾਂ ਦੀ ਪਛਾਣ ਹੈ, ਬਾਕੀ ਅਣਪਛਾਤੇ ਆ। ਕਿੰਨੀਆਂ ਗੋਲੀਆਂ ਚਲੀਆਂ ਜੀ? ਗੋਲੀਆਂ 5 ਰਾਉਂਡ ਕੱਢਿਆ ਇਹਨਾਂ ਨੇ। ਅਤੇ ਕੋਈ ਕਿਸੇ ਨੂੰ ਲੱਗੀ ਵੀ ਹੈ? ਲੱਗੀ ਸਾਡੇ ਮਜ਼ਦੂਰ ਨੂੰ ਲੱਗੀ, ਕੰਮ ਕਰਦੇ ਨੇ ਛੱਤ 'ਤੇ। ਅਤੇ ਕੀ ਮੰਗ ਕਰਦੇ ਸਰਕਾਰ? ਅਸੀਂ ਸਰਕਾਰ ਕੋਲ ਮੰਗ ਕਰਦੇ ਹਾਂ ਵੀ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਉੱਤੇ ਉਹਦੇ ਆਧਾਰ 'ਤੇ ਨਾ ਜਲਦ ਤੋਂ ਜਲਦ ਪਰਚਾ ਕੀਤਾ ਜਾਵੇ। ਅੱਛਾ ਜੀ। ਹਾਂਜੀ, ਪਤਾ ਲੱਗਾ ਗੋਲੀ ਵੱਜ ਗਈ, ਮਤਲਬ ਗੋਲੀ ਲੱਗੀ ਤੁਹਾਡੇ। ਹਾਂਜੀ। ਅਤੇ ਪਤਾ ਨਹੀਂ ਲੱਗਾ ਕਦੋਂ ਗੋਲੀ, ਕਿੰਨੇ ਚਲਾਈ? ਨਹੀਂ ਪਤਾ ਨਹੀਂ। ਕੀ ਉੱਥੇ ਕੋਈ, ਤੁਸੀਂ ਕੀ ਕੰਮ ਕਰਦੇ? ਅਸੀਂ ਟਾਈਲਾਂ ਲਾਉਂਦੇ ਜੀ, ਉਹਨਾਂ ਦੇ ਘਰ ਟਾਈਲਾਂ ਲਾਉਂਦੇ ਜੀ। ਪਿੰਡ ਬੈਂਕਾਂ ਦੇ ਵਿੱਚ ਜਿਹੜੀ ਗੋਲੀ ਚੱਲੀ ਹੈ ਸਰ, ਇਹਦਾ ਕੀ ਹੈਗਾ? ਇਹਦੇ ਨਾਲ ਆਪਸ ਵਿੱਚ ਚਾਚੇ ਦਾ ਇਹਦੇ ਭਰਾ ਭਤੀ, ਅੱਜ ਫੈਸਲਾ ਹੋ ਰਿਹਾ ਸੀ, ਅਤੇ ਉਹ ਤੋਂ ਬਾਅਦ ਗੁਰਲਾਲ ਸਿੰਘ ਆਪਦੇ ਨਾਲ ਅੰਮ੍ਰਿਤਪਾਲ 2-3 ਬੰਦੇ ਹੋਰ ਲੈ ਗਏ, ਇਹਨਾਂ ਫੈਰ ਮਾਰਿਆ ਜੀ। ਜਸਪਾਲ ਸਿੰਘ ਨਾਂ ਦਾ ਇਹਨਾਂ ਦਾ ਮੁੰਡਾ ਮਜ਼ਦੂਰੀ ਸੀ, ਉੱਤੇ ਕੰਮ ਕਰਨ ਦਿਆ ਟੈਲਾਂ ਲਾ ਰਿਹਾ ਸੀ, ਉਹਦੇ ਕਰੈਨਾ ਲਗਾ ਜੀ। ਸਰ ਕੀ ਇਹ ਕਿਸੇ ਨੂੰ ਇਸ਼ਾਰਾ ਲੱਗੇ ਵੀ ਹੈ ਜਾਂ? ਇੱਕ ਜਸਪਾਲ ਸਿੰਘ ਨਾਂ ਦਾ ਮੁੰਡਾ ਵਾ, ਉਹਦੇ ਲੱਗੇ ਜੀ, ਇੱਕ ਇਸ਼ਾਰਾ ਲੱਗਾ, ਉਹਦੇ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਕੀਤੀ। ਅਤੇ ਸਰ ਕੀ ਕਾਰਵਾਈ ਕੀਤੀ ਗਈ? ਪਰਚਾ ਦਰਜ ਕਰਾਂਗੇ।
ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨ ਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕੰਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।